ਸਤਿ ਸ਼੍ਰੀ ਅਕਾਲ ਕਿਸਾਨ ਸਾਥੀਓ ਕਿਸਾਨ ਸਾਥੀਓ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਨਰਮੇ ਦੀ ਫਸਲ ਦੇ ਬਾਰੇ ਗੱਲ ਕਰਾਂਗਾ ਕਾਟਨ ਦੇ ਬਾਰੇ ਗੱਲ ਕਰਾਂਗਾ ਕੁਝ ਧਿਆਨ ਰੱਖਣ ਜੋ ਗੱਲਾਂ ਕੁਝ ਬੀਜ ਦੇ ਬਾਰੇ ਤੇ ਬਜਾਈ ਤੱਕ ਦੀਆਂ ਸਭ ਤੋਂ ਪਹਿਲਾਂ ਬੇਨਤੀ ਹੈ ਕਿ ਜਿੰਨਾ ਵੀ ਰਣ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਲਾਲ ਬਟਨ ਆਪਕੇ ਚੈਨਲ ਸਬਸਕ੍ਰਾਈਬ ਕਰ ਲਓ ਤੇ ਘੰਟੀ ਵਾਲਾ ਬਟਨ ਜ਼ਰੂਰ ਨਾ ਪਲੇ ਜੋ ਤਾਂ ਕਿ ਲੇਟੈਸਟ ਵੀਡੀਓ ਤੁਹਾਡੇ ਫੋਨ ਤੱਕ ਟਾਈਮ ਸਿਰ ਪਹੁੰਚਦੀਆਂ ਰਹਿਣ ਸਾਥੀਓ ਕਾਟਨ ਤੇ ਪਹਿਲਾ 파ਰਟ ਹੈ ਤੇ ਜਿਸ ਤਰ੍ਹਾਂ ਅੱਗੇ ਫਸਲ ਵਧੇਗੀ ਉਸੇ ਤਰੀਕੇ ਦੇ ਨਾਲ ਮੈਂ ਤੁਹਾਨੂੰ ਇਸ ਤੇ ਅਲੱਗ-ਅਲੱਗ 파ਰਟ ਦੇਣ ਦੀ ਕੋਸ਼ਿਸ਼ ਕਰਾਂਗਾ ਤਾਂ ਸਭ ਤੋਂ ਪਹਿਲਾਂ ਕੁਝ ਜ਼ਰੂਰੀ ਨੁਕਤੇ ਦੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਦੇਖੋ ਜੀ ਜੇਕਰ ਤੁਸੀਂ ਬੀਟੀ ਕਾਟਨ ਲਗਾ ਰਹੇ ਹੋ ਤਾਂ ਹਲਕੀ ਜ਼ਮੀਨ ਦੇ ਵਿੱਚ ਤੁਸੀਂ ਨਹੀਂ ਲਗਾਉਣੀ ਸਹੀ ਕਿਸਮ ਦੀ ਚੋਣ ਕਰੋ ਮੈਂ ਤੁਹਾਨੂੰ ਵੀਡੀਓ ਦੇ ਵਿੱਚ ਕੁਝ ਕਿਸਮਾਂ ਤੇ ਦੇਵਾਂਗਾ ਜਿਹੜੀਆਂ ਕਿ ਬਠਿੰਡਾ ਏਰੀਏ ਦੇ ਲਗਭਗ 43 ਪਿੰਡਾਂ ਦੇ ਵਿੱਚ ਇੱਕ ਸਰਵੇ ਕਰਕੇ ਕੁਝ ਕਿਸਮਾਂ ਜੋ ਲੋਕਾਂ ਦਾ ਰਿਸਪਾਂਸ ਜਿਨ੍ਹਾਂ ਦੇ ਪ੍ਰਤੀਕਿਰਿਆ ਪਿਛਲੇ ਸਾਲ ਦੇ ਵਿੱਚ ਉਹ ਡਿਸਕਸ ਕਰਾਂਗਾ ਤੇ ਉਹ ਆਪਾਂ ਬਾਅਦ ਚ ਗੱਲ ਕਰਦੇ ਹਾਂ ਕਾਟਨ ਦੀ ਨਰਮੇ ਦੀ ਬਜਾਈ ਤੋਂ ਪਹਿਲਾਂ ਦੇਖੋ ਨਰਮੇ ਦੇ ਵਿੱਚ ਇੱਕ ਲੀਫ ਕਰਲ ਵਾਇਰਸ ਦੀ ਬਹੁਤ ਸਮੱਸਿਆ ਆਉਂਦੀ ਹੈ ਤੇ ਜਿਹਦੇ ਜਿਹੜਾ ਕਿ ਵਟਾਂ ਦੇ ਖੜਾ ਨਦੀਨ ਮਾਲਵੇਸੀ ਫੈਮਿਲੀ ਦਾ ਖੜਾ ਨਦੀਨ ਜਾਂ ਜਿਹੜਾ ਹੈਗਾ ਦੇਸੀ ਕਪਾਹ ਜਿਹੜੀ ਖੜੀ ਹੈਗੀ ਆ ਉਹਨਾਂ ਤੇ ਪਲਦਾ ਤੇ ਬਾਹ ਚੜੀ ਫਸਲ ਤੇ ਜਾਂਦਾ ਹੈ ਸਭ ਤੋਂ ਪਹਿਲਾ ਕੰਮ ਤੇ ਕਰਨਾ ਕਿ ਖੇਤ ਦੇ ਆਲੇ-ਦੁਆਲੇ ਮੋਟਰ ਕੋਲੋਂ ਖਾਲਾਂ ਕੋਲੋਂ ਸਾਰੇ ਤੇ ਸਾਰੇ ਨਦੀਨ ਹੁਣੇ ਹੀ ਖਤਮ ਕਰ ਦੇਣੇ ਆ ਬੀਜਣ ਤੋਂ ਪਹਿਲਾਂ ਹੀ ਇਸ ਤੋਂ ਅਗਲੀ ਗੱਲ ਇਹ ਹੈਗੀ ਹੈ ਕਿ ਜਿਹੜੇ ਖੇਤ ਦੇ ਵਿੱਚ ਤੁਸੀਂ ਬੀਟੀ ਨਰਮਾ ਖਾਸ ਤੌਰ ਤੇ ਵਰਤ ਰਹੇ ਹੋ ਉਹ ਜ਼ਮੀਨ ਹਲਕੀ ਨਹੀਂ ਹੋਣੀ ਚਾਹੀਦੀ ਤੇ ਬੀਜਣ ਤੋਂ ਪਹਿਲਾਂ ਖੇਤ ਦੀ ਡੂੰਗੀ ਵਾਈ ਕਰਨੀ ਹੈ ਡੂੰਗੀ ਵਾਈ ਕਰਕੇ ਇੱਕ ਪਹਾਰਾ ਪਾਣੀ ਲਾ ਕੇ ਜਿਹੜਾ ਹੈਗਾ ਰੋਣੀ ਕਰਨੀ ਹੈ ਰੋਣੀ ਹਲਕੇ ਪਾਣੀ ਨਾਲ ਹੋਏਗੀ ਤਾਂ ਮੈਂ ਦੇਖਿਆ ਕਿਉਂਕਿ ਮੈਂ ਖੁਦ ਕਾਟਨ ਨਹੀਂ ਕਰਦਾ ਲੇਕਿਨ ਮੇਰੇ ਨਾਨਕੇ ਜਿਹੜਾ ਹੈਗਾ ਕਾਟਨ ਜ਼ਰੂਰ ਕਰਦੇ ਆ ਮੇਰਾ ਸਾਰਾ ਬਚਪਨ ਉੱਥੇ ਬੀਤਿਆ ਹੈਗਾ ਤੇ ਜੇਕਰ ਅਸੀਂ ਜਿਹੜਾ ਹੈਗਾ ਹਲਕੀ ਸਿੰਚਾਈ ਕਰਦੇ ਹਾਂ ਤਾਂ ਬੜੀ ਜਲਦੀ ਕਾਟਨ ਦੇ ਜਿਹੜੇ ਬੂਟੇ ਹੈਗੇ ਨਰਮੇ ਦੇ ਸੁੱਕਨੇ ਸ਼ੁਰੂ ਹੋ ਜਾਂਦੇ ਆ। ਬੀਜ ਨੂੰ ਵੀਜਣ ਤੋਂ ਪਹਿਲਾਂ 2 ਤੋਂ 4 ਘੰਟੇ ਪਾਣੀ ਦੇ ਵਿੱਚ ਜ਼ਰੂਰ ਭਿਉਣਾ ਹੈ ਤੇ ਪਾਣੀ ਕਿੰਨਾ ਪਾਉਣਾ ਹੈਗਾ ਜਿੰਨਾ ਬੀ ਹੈ ਉਹਦੀ ਬਰਾਬਰ ਮਾਤਰਾ ਦੇ ਵਿੱਚ ਪਾਣੀ ਵਰਤਣਾ। ਕਈ ਵਾਰੀ ਕੀ ਹੈ ਕਿ ਸਾਡਾ ਸਾਰਾ ਕਾਟਨ ਏਰੀਆ ਜਿਹੜਾ ਹੈਗਾ ਉੱਥੇ ਬਹੁਤ ਸਾਰੀਆਂ ਚੀਜ਼ਾਂ ਤਾਂ ਠਾਠਾ ਹੁੰਦੀਆਂ ਰਹਿੰਦੀਆਂ ਕਈ ਵਾਰੀ ਰੋਣੀ ਵੱਤ ਤੋਂ ਨਿਕਲ ਜਾਂਦੀ ਹੈ। ਜਾਂ ਜਿਹੜਾ ਹੈਗਾ ਗਰਮੀ ਤੇਜ਼ ਪੈਣ ਲੱਗ ਪੈਂਦੀ ਹੈ ਜਿਹਦੇ ਕਰਕੇ ਨਰਮਾ ਪੂਰਾ ਜੰਮਦਾ ਨਹੀਂ ਜਿਹਦੇ ਕਰਕੇ 2 ਤੋਂ 4 ਘੰਟੇ کٹੋ-ਕਟ ਪਿਉਂ ਕੇ ਰੱਖਣਾ ਬਜਾਈ ਦਾ ਜਿਹੜਾ ਸਹੀ ਟਾਈਮ ਹੈਗਾ ਤੁਹਾਡਾ ਉਹ ਹੁਣ ਸ਼ੁਰੂ ਹੈ ਤੇ ਵੱਧ ਤੋਂ ਵੱਧ 15 ਮਈ ਤੱਕ ਬਜਾਈ ਲੈ ਕੇ ਜਾਣੀ ਹੈ ਖੇਤ ਨਰਮੇ ਦਾ ਖੇਤ ਬਾਗ ਦੇ ਨੇੜੇ ਨਹੀਂ ਹੋਣਾ ਚਾਹੀਦਾ ਜਿਸ ਜਗ੍ਹਾ ਤੇ ਤੁਸੀਂ ਨਰਮਾ ਲਾ ਰਹੇ ਹੋ ਉਹਦੀ ਬਾਉਂਡਰੀ ਦੇ ਵਿੱਚ ਭਿੰਡੀ, ਮੂੰਗੀ, ਅਰਹਰ, ਝਿੰਜਣ ਆਦ ਆਪਾਂ ਨਹੀਂ ਬੀਜਣਾ। ਇਹ ਹੁਣੇ ਪਹਿਲਾਂ ਨਿਸ਼ਚਿਤ ਕਰ ਲਓ। ਪਹਿਲਾ ਪਾਣੀ ਜ਼ਮੀਨ ਦੇ ਹਿਸਾਬ ਦੇ ਨਾਲ, ਗਰਮੀ ਦੇ ਹਿਸਾਬ ਦੇ ਨਾਲ। ਬਿਜਾਈ ਤੋਂ 4 ਤੋਂ 6 ਹਫ਼ਤੇ ਬਾਅਦ ਦੇਣਾ ਹੈ। ਬੀਟੀ ਨਰਮੇ ਦੇ ਨਾਲ ਸਾਡੇ ਕੋਲੇ ਨੌਨ ਬੀਟੀ ਨਰਮਾ ਵੀ ਹੁੰਦਾ ਹੈ। ਕਿਸਾਨ ਵੀਰ ਕੀ ਕਰਦੇ ਐ ਕਿ ਉਹਦੀਆਂ 1-2 ਲਾਈਨਾਂ ਹੀ ਕੱਢਦੇ ਐ। ਕਟੋ ਕਟ 20% ਏਰੀਏ ਦੇ ਵਿੱਚ ਚਾਰ ਸਫੇਰੇ ਬੀਟੀ ਨਰਮਾ ਜ਼ਰੂਰ ਲਾਓ ਨਰਮੇ ਦੇ ਉੱਪਰਲੇ ਪਾਸੇ ਮਿਲੀਬੱਗ ਆਉਂਦਾ ਜਿਵੇਂ ਆਏਗਾ ਆਪਾਂ ਕੰਟਰੋਲ ਦੀ ਗੱਲ ਕਰਾਂਗੇ ਤੁਸੀਂ ਖੇਤ ਨੂੰ ਲਗਾਤਾਰ ਵਾਚ ਰੱਖਣਾ ਕਿ ਮਿਲੀਬੱਗ ਦਾ ਹਮਲਾ ਹੁੰਦਾ ਕਿ ਨਹੀਂ ਹੁੰਦਾ ਰਸ ਚੂਸੇ ਕੀੜਾ ਜਿਹੜਾ ਕਿ ਜੈਸਿਡ ਹੁੰਦਾ ਉਹਦਾ ਹਮਲਾ ਜਿਹੜਾ ਹੈਗਾ ਖੇਤ ਦੇ ਵਿੱਚ ਆਉਣਾ ਹੀ ਆਉਣਾ ਹੈ ਤੇ ਉਹਦੇ ਸ਼ੁਰੂਆਤੀ ਹਮਲੇ ਦੇ ਵਿੱਚ ਸਪਰੇ ਨਹੀਂ ਕਰਨਾ ਜਦੋਂ ਉਹ ਸੈਕੰਡ ਗ੍ਰੇਡ ਦੀ ਇੰਜਰੀ ਕਰਦਾ ਮਤਲਬ ਕਿ ਕੱਪ ਜਿਹੜੀਆਂ ਪੱਤੀਆਂ ਜਿਹੜੀਆਂ ਹੈਆਂ ਜਦੋਂ ਕੱਪ ਵਰਗੀ ਸ਼ੇਪ ਬਣਨੀ ਸ਼ੁਰੂ ਹੁੰਦੀ ਹੈ ਉਸ ਟਾਈਮ ਤੇ ਹਮਲਾ ਕਰਨਾ ਤਾਂ ਜਿਆਦਾ ਵਧੀਆ ਰਹੋਗੇ ਜਦੋਂ ਨਰਮੇ ਦੇ ਫੁੱਲ ਨਿਕਲਣ ਲੱਗ ਪੇ ਸੱਤ-ਸੱਤ ਦਿਨ ਦੇ ਵਕਫੇ ਤੇ ਐਨ ਪੀ ਕੇ 13 0 45 ਦਾ 2% ਦਾ ਘੋਲ ਮਤਲਬ ਕਿ 100 ਲੀਟਰ ਪਾਣੀ 'ਚ 2 ਕਿਲੋ ਪਾ ਕੇ ਕਟੋ ਕਟ ਚਾਰ ਸਪਰੇਅ ਕਰਨੇ ਆ ਜਿਹਦੇ ਨਾਲ ਬਹੁਤ ਸੋਹਣਾ ਰਿਜ਼ਲਟ ਆਉਂਦਾ ਹੈ 15 ਸਤੰਬਰ ਤੋਂ ਬਾਅਦ ਚ ਕਿਸੇ ਵੀ ਹਾਲਤ ਦੇ ਵਿੱਚ ਸਿੰਥੈਟਿਕ ਪੈਰੇਥਰਾਇਡ ਜ਼ਹਿਰਾਂ ਦਾ ਵਰਤੋਂ ਨਹੀਂ ਕਰਨੀ ਅਗਲੀ ਵੀਡੀਓ ਚ ਸਿੰਥੈਟਿਕ ਪੈਰੇਥਰਾਇਡ ਦੇ ਬਾਰੇ ਗੱਲ ਵੀ ਕਰਾਂਗੇ ਕਿਉਂਕਿ ਜੇਕਰ ਵਰਤੋਂਗੇ ਤਾਂ ਚਿੱਟੀ ਮੱਖੀ ਦਾ ਹਮਲਾ ਜਿਹੜਾ ਹੈਗਾ ਵੱਧ ਜਾਂਦਾ ਹੁਣ ਮੈਂ ਗੱਲ ਕਰਦਾ ਵੈਰਾਈਟੀਆਂ ਦਾ ਕਾਫੀ ਕੰਪਨੀਆਂ ਦੀਆਂ ਜਿਹੜਾ ਹੈਗਾ ਮਨਜ਼ੂਰੀ ਮਿਲੀ ਹੈ बीटी ਨਰਮੇ ਦੇ ਆਸਤੇ ਪੰਜਾਬ ਦੇ ਵਿੱਚ ਜਿਹਦੀ ਲਿਸਟ ਮੈਂ ਜਿਹੜਾ ਹੈਗਾ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦਿੱਤੀ ਆ ਉੱਥੋਂ ਤੁਸੀਂ ਡਾਊਨਲੋਡ ਕਰਕੇ ਉਹ ਦੇਖ ਸਕਦੇ ਆ ਵੈਰਾਈਟੀ ਦੀ ਚੋਣ ਕਰਦੇ ਹੋਏ ਆਪਣੇ ਏਰੀਆ ਤੇ ਪੁਰਾਣੇ ਤਜਰਬੇ ਨੂੰ ਧਿਆਨ ਚ ਰੱਖੋ ਤੇ ਉਹਦੇ ਅਨੁਸਾਰ ਹੀ ਵੈਰਾਈਟੀ ਦਾ ਚੋਣ ਕਰੋ ਇੱਕਾ ਨਿੱਕਾ ਜਿਹਾ ਸਰਵੇ ਆ ਜਿਹਦੇ ਵਿੱਚ ਕਿ ਬਠਿੰਡੇ ਏਰੀਏ ਦੇ 43 ਪਿੰਡਾਂ ਦੇ ਕਿਸਾਨਾਂ ਨੇ ਕੁਝ ਕਿਸਮਾਂ ਨੂੰ ਜਿਹੜਾ ਹੈਗਾ ਜਿਹੜੀਆਂ ਉਹਨਾਂ ਨੂੰ ਪਸੰਦ ਆਈਆਂ ਉਨ੍ਹਾਂ ਬਾਰੇ ਮੈਂ ਤੁਹਾਡੇ ਨਾਲ ਇੱਥੇ ਗੱਲ ਕਰਦਾ ਕਿ ਪਿਛਲੇ ਸਾਲ ਚ ਕਿਸਾਨਾਂ ਨੇ ਕਿਹੜੀਆਂ ਕਿਸਮਾਂ ਜਿਹੜੀਆਂ ਪਸੰਦ ਕੀਤੀਆਂ ਹੈਗੀਆਂ ਨੰਬਰ 1 ਤੇ ਹੈਗੀ ਹੈ RCH 773 ਨੰਬਰ 2 ਤੇ RCH 776 ਨੰਬਰ 3 ਤੇ US 51 ਨੰਬਰ 4 ਤੇ RCH 602 ਨੰਬਰ 5 ਤੇ US 71 ਨੰਬਰ 6 ਤੇ ਬਾਇਓ ਸੀਡ 105 ਤੇ ਬਾਇਓ ਸੀਡ 100 ਨੰਬਰ 7 ਤੇ ਹੈ RCH 653 ਨੰਬਰ 8 ਤੇ ਹੈਗੀ ਹੈ BYAR 7172 ਇਹ ਕਿਸਾਨਾਂ ਦਾ ਤਜਰਬਾ ਸੀ ਜਿਹੜੀਆਂ ਉਹਨਾਂ ਨੇ ਕਿਸਮਾਂਸ ਪਸੰਦ ਕੀਤੀਆਂ ਹੈਗੀਆਂ ਤੁਸੀਂ ਆਪਣੇ ਏਰੀਆ ਦੇ ਹਿਸਾਬ ਦੇ ਨਾਲ ਤੇ ਆਪਣੇ ਤਜਰਬੇ ਦੇ ਹਿਸਾਬ ਦੇ ਨਾਲ ਕਿਸਮ ਦੀ ਚੋਣ ਕਰਨੀ ਹੈ ਕਿਸੇ ਵੀ ਬੀਜ ਨੂੰ ਵੀਜਣ ਤੋਂ ਪਹਿਲਾਂ ਉਸ ਦਾ ਉਪਚਾਰ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਤਾਂ ਨਰਮੇ ਦੇ ਬੀਜ ਦੇ ਉਪਚਾਰ ਦੇ ਲਈ ਵੀ ਅਸੀਂ 1 ਲੀਟਰ ਪਾਣੀ ਦੇ ਵਿੱਚ 1/2 ਗ੍ਰਾਮ ਐਮਿਸ਼ਾਨ 6 ਜੇ ਨਹੀਂ ਮਿਲਦੀ ਤਾਂ ਉਹਦੀ ਜਗ੍ਹਾ ਦੇ ਉੱਪਰ ਜਿਹੜਾ ਹੈਗਾ ਅਸੀਂ ਕਾਰਬਨ ਡਿਜ਼ਮ ਵਰਤਾਂਗੇ ਤੇ ਨਾਲ ਦਸ਼ਮਲਵ 2.5 ਗ੍ਰਾਮ ਸਟ੍ਰੈਪਟੋਸਾਈਕਲਿਨ 1 ਲੀਟਰ ਪਾਣੀ 1 ਕਿਲੋ ਬੀ ਇਹ ਚੀਜ਼ਾਂ ਵਿੱਚ ਪਾ ਕੇ 2 ਤੋਂ 4 ਘੰਟੇ ਤੱਕ ਪਿਉ ਹੋ ਲੈਣਾ ਹੈ ਨਰਮਾ ਚੰਗਾ ਉੱਗੇ ਤੇ ਸ਼ੁਰੂਆਤੀ ਗ੍ਰੋਥ ਥੋੜੀ ਚੰਗੀ ਹੋਵੇ ਇਹਦੇ ਆਸਤੇ ਇਸੇ ਘੋਲ ਦੇ ਵਿੱਚ ਸਕਸੀਨਿਕ ਐਸਿਡ ਵੀ ਪਾਉਣਾ ਹੈ ਸਕਸੀਨਿਕ ਐਸਿਡ ਕਿੰਨਾ ਪਾਉਣਾ ਹੈ 5 ਲੀਟਰ ਪਾਣੀ ਦੇ ਵਿੱਚ ਅੱਧਾ ਗ੍ਰਾਮ ਤੇ ਉਸ ਹਿਸਾਬ ਦੇ ਨਾਲ ਪਾਣੀ ਦੇ ਹਿਸਾਬ ਦੇ ਨਾਲ ਤੁਸੀਂ ਆਪਣਾ ਕੈਲਕੂਲੇਟ ਕਰ ਲੈਣਾ ਜਦੋਂ 2 ਤੋਂ 4 ਘੰਟੇ ਤੱਕ ਬੀ ਨੂੰ ਇਸ ਘੋਲ ਦੇ ਵਿੱਚ ਭਿਉਂ ਲਿਆ ਉਸ ਤੋਂ ਬਾਅਦ ਵਿੱਚ ਬੀ ਨੂੰ ਬਾਹਰ ਕੱਢ ਕੇ ਗਾਜੋ ਦਵਾਈ ਹੁੰਦੀ ਹੈ 70 Ws 1 ਕਿਲੋ ਬੀ ਨੂੰ 3 ਗ੍ਰਾਮ ਦਵਾਈ ਚੰਗੇ ਤਰੀਕੇ ਨਾਲ ਛੱਸ ਕੇ ਫੇਰ ਖੇਤ ਵਿੱਚ ਜਣਾ ਇਹਦੇ ਨਾਲ ਕੀ ਹੋਊਗਾ ਕਿ ਜਿਹੜਾ ਸ਼ੁਰੂਆਤੀ ਦੌਰ ਦੇ ਵਿੱਚ ਰਸ ਚੂਸੇ ਕੀੜਿਆਂ ਦਾ ਹਮਲਾ ਹੁੰਦਾ ਉਸ ਤੋਂ ਤੁਹਾਡੀ ਫਸਲ ਦਾ ਬਚਾਅ ਹੋਏਗਾ ਤਾਂ ਇਹ ਕੰਮ ਜ਼ਰੂਰ ਕਰਨਾ ਜਦੋਂ ਹੁਣ ਤੁਸੀਂ ਨਰਮਾ ਬੀਜ ਲਿਆ ਉਸੇ ਸ਼ਾਮ ਨਹੀਂ ਤਾਂ 24 ਘੰਟੇ ਦੇ ਵਿੱਚ ਵਿੱਚ ਨਦੀਨਾਂ ਦੇ ਕੰਟਰੋਲ ਵਾਸਤੇ ਪੈਂਡੀਮੈਥਾਲਿਨ ਦਵਾਈ ਹੁੰਦੀ ਹੈ ਜਿਹੜੀ ਕਿ टीईसी ਹੁੰਦੀ ਹੈ 1 ਲੀਟਰ 1 ਕਿੱਲੇ ਦੀ ਜਿਹੜਾ ਹੈਗਾ ਸਪਰੇਅ ਕਰ ਦੇਣੀ ਹੈ ਸ਼ਾਮ ਦੇ ਟਾਈਮ ਜਿਹਦੇ ਨਾਲ ਕਿ ਨਦੀਨ ਨਹੀਂ ਉਗਣਗੇ ਉਸ ਤੋਂ ਬਾਅਦ ਠੀਕ ਆਪਾਂ ਨਦੀਨ ਗੋਡੀ ਕਰਾਂਗੇ ਜਾਂ ਹੋਰ ਸਿਸਟਮ ਆਪਾਂ ਅਗਲੀਆਂ ਵੀਡੀਓ ਚ ਗੱਲ ਕਰਾਂਗੇ ਹੁਣ ਗੱਲ ਕਰਦਾ ਖਾਦਾਂ ਦੀ ਯੂਰੀਆ ਆਪਾਂ ਐਸਬੀਟੀ ਨਰਮੇ ਆਸਤੇ ਲਗਭਗ 130 ਕਿਲੋਗ੍ਰam ਕਿੱਲੇ ਦੀ ਵਰਤਦੇ ਹਾਂ ਸੁਪਰ ਆਪਾਂ 75 ਕਿਲੋਗ੍ਰam ਕਿੱਲੇ ਦੀ ਵਰਤਦੇ ਹਾਂ 20 ਕਿਲੋ ਜਾਂ ਅੱਧਾ ਗੱਟਾ ਸੀ ਪोटाश ਕਿੱਲੇ ਦੀ ਵਰਤਦੇ ਆਂ ਤੇ 33% ਵਾਲੀ ਜ਼ਿੰਕ ਜਿਹੜੀ ਹੈਗੀ ਆ 6 ਕਿਲੋ ਕਿੱਲੇ ਦੀ ਬਹੁਤ ਹੁੰਦੀ ਹੈ ਜਿਹੜੀ ਸੁਪਰ ਹੈਗੀ ਆ ਸੁਪਰ ਤੁਸੀਂ ਜ਼ਮੀਨ ਦੇ ਵਿੱਚ ਹੀ ਪਾ ਦੇਣੀ ਹੈ ਜੇ ਕਣਕ ਨੂੰ ਡਾਈ ਪੂਰੀ ਪਾਈ ਹੈ ਫਿਰ ਨਹੀਂ ਪਾਉਂਗੇ ਤਾਂ ਵੀ ਕੰਮ ਚੱਲ ਜਾਏਗਾ ਜਦੋਂ ਖੇਤ ਤਿਆਰ ਕਰਦੇ ਵੇਲੇ ਆਖਰੀ ਉਭਾਈ ਕਰੋਗੇ ਉਸੇ ਟਾਈਮ ਖੇਤ ਦੇ ਵਿੱਚ ਸੁਪਰ ਨੂੰ ਪਾ ਦੇਣਾ ਤੇ ਕਿਹੜੀ ਪोटाश ਹੈ ਉਹ ਵੀ ਇਸੇ ਟਾਈਮ ਖੇਚ ਪਾ ਦੇਣੀ ਹੈ ਯੂਰੀਆ ਜੇ ਖੇਤ ਹਲਕਾ ਹੈ ਤਾਂ ਅੱਧੀ ਡੋਜ਼ ਥੱਲੇ ਪਾ ਦੇਣੀ ਹੈ ਤੇ ਅੱਧੀ ਡੋਜ਼ ਜਿਹੜੀ ਹੈਗੀ ਹੈ ਉਸ ਤੋਂ ਬਾਅਦ ਦੇ ਵਿੱਚ ਲਗਭਗ ਤੁਹਾਡਾ ਜਿਹੜਾ ਹੈਗਾ ਅੱਧ ਜੁਲਾਈ ਚ ਪਾ ਦੇਣੀ ਹੈ ਜਾਂ ਅੱਧੀ ਯੂਰੀਆ ਜਿਹੜੀ ਹੈਗੀ ਹੈ ਜਦੋਂ ਅਸੀਂ ਇਹਨੂੰ ਵਿਰਲਾ ਕਰਦੇ ਹਾਂ ਨਰਮੇ ਨੂੰ ਉਸ ਟਾਈਮ ਤੇ ਅੱਧੀ ਯੂਰੀਆ ਜਿਹੜੀ ਹੈਗੀ ਹੈ ਫੁੱਲ ਨਿਕਲਣ ਦੇ ਟਾਈਮ ਤੇ ਪਾਉਣੀ ਹੈ ਦੋਸਤੋ ਇਹ ਹਰੀਤੀ ਕੇ ਤੁਹਾਡਾ 비ਜਨ ਤੱਕ ਦਾ ਕੰਮ ਜਿਹੜਾ ਹੈਗਾ ਇਸ ਵੀਡੀਓ ਦੇ ਨਾਲ ਚੱਲ ਜਾਏਗਾ ਜਿਵੇਂ ਜਿਵੇਂ ਅੱਗੇ ਜ਼ਰੂਰਤ ਪਵੇਗੀ ਮੈਂ ਕੋਸ਼ਿਸ਼ ਕਰਾਂਗਾ ਕਿ ਵਕ ਵਕ ਸੰਸਥਾਵਾਂ ਦੀ ਜਿਹੜੀ ਰਿਸਰਚ ਹੈਗੀ ਹੈ ਤੁਹਾਡੇ ਨਾਲ ਸ਼ੇਅਰ ਕਰਦਾ ਰਾਵਾਂ ਤੇ ਤੁਹਾਡਾ ਫਾਇਦਾ ਹੋ ਸਕੇ ਤੁਸੀਂ ਆਪਣਾ ਤਜਰਬਾ ਤੇ ਮੇਰੀਆਂ ਦਸੀਆਂ ਹੋਈਆਂ ਗੱਲਾਂ ਤੇ ਮਾਰਾਂ ਦੀ ਰਾਏ ਮਿਲਾ ਕੇ ਆਪਣੇ ਖੇਤ ਚ ਅਪਲਾਈ ਕਰ ਸਕਦੇ ਹੋ ਵੀਡੀਓ ਚੰਗੀ ਲੱਗੇ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਧੰਨਵਾਦ ਦੋਸਤੋ ਮਿਹਰਬਾਨੀ ਦੋਸਤੋ